ਇਟਸ ਯੂਅਰ ਬੋਡੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜਤੇ ਜੀ, ਬੋਡੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਤੁਸੀਂ ਅਕਸਰ ਹੀ ਪੁੱਛਦੇ ਰਹਿੰਦੇ ਹੋ ਕਿ ਸਾਨੂੰ ਰਾਈਟਿੰਗ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਆ। ਸੋ ਦੋਸਤੋ, ਸਾਡੇ ਨਾਲ ਜੀ ਖਾਸ ਤੌਰ 'ਤੇ ਇੰਜੀਨੀਅਰ ਰੁਪਿੰਦਰ ਕੌਰ ਜੀ ਸ਼ਾਮਲ ਆ, ਜੋ ਕਿ ਯੂਰੇਸ਼ੀਆ ਲੈਂਗੁਏਜ ਸਕੂਲ ਦੇ ਟ੍ਰੇਨਰ ਆ, ਉੱਥੇ ਆਇਲਸ ਟ੍ਰੇਨਰ ਆ। ਆਪਾਂ ਉਹਨਾਂ ਤੋਂ ਰਾਈਟਿੰਗ ਟਾਸਕ 2 ਬਾਰੇ ਪੂਰੇ ਵਿਸਤਾਰ ਵਿੱਚ ਜਾਣਕਾਰੀ ਲਵਾਂਗੇ। ਸੋ ਮੈਮ, ਸਾਡੇ ਸਾਰੇ ਸਰੋਤਿਆਂ ਨੂੰ ਤੁਸੀਂ ਰਾਈਟਿੰਗ ਟਾਸਕ 2 ਬਾਰੇ ਜ਼ਰੂਰ ਦੱਸਿਓ। ਸੋ ਸਾਰਿਆਂ ਨੇ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣੀ ਹੈ, ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਯੂਸਫੁਲ ਹੋ ਸਕਦੀ ਆ। ਮੈਮ ਦੇ ਖੁਦ ਦੇ ਰਾਈਟਿੰਗ 'ਚੋਂ 7.5 ਬੈਂਡ ਆਏ ਆ। ਸੋ ਦੋਸਤੋ, ਆਓ ਆਪਾਂ ਸਭ ਤੋਂ ਪਹਿਲਾਂ ਰਾਈਟਿੰਗ ਟਾਸਕ 2 ਬਾਰੇ ਜਾਣਦੇ ਹਾਂ। ਸਾਰਾ ਮੈਡਮ ਉਸਦਾ ਬੇਸਿਕ ਸਟਰਕਚਰ ਤੁਹਾਨੂੰ ਦੱਸਣਗੇ, ਅਤੇ ਮੈਂ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇਹ ਰਿਕੁਐਸਟ ਜ਼ਰੂਰ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਡੀ ਹੋਲੀ ਬਾਬਾ ਜੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਸੋ ਮੈਮ, ਪਲੀਜ਼ ਸਾਡੇ ਸਰੋਤਿਆਂ ਨੂੰ ਜ਼ਰੂਰ ਸਮਝਾਓ ਜੀ। ਜ਼ਰੂਰ ਸਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਰਾਈਟਿੰਗ ਟਾਸਕ 2 ਬਾਰੇ। ਮੈਂ ਰੁਪਿੰਦਰ ਤੁਹਾਨੂੰ ਕੁਛ ਇਹ ਦੱਸਣ ਜਾ ਰਹੀ ਕਿ ਜੋ ਚੀਜ਼ਾਂ ਵਿੱਚ ਜ਼ਿਆਦਾ ਪ੍ਰੋਬਲਮ ਫੇਸ ਕੀਤੀ ਜਾਂਦੀ ਹੈ ਸਪੈਸ਼ਲੀ ਰਾਈਟਿੰਗ ਟਾਸਕ 2 ਵਿੱਚ, ਉਹਨਾਂ ਨੂੰ ਇੱਕ ਈਜ਼ੀ ਤਰੀਕੇ ਨਾਲ ਟ੍ਰਿਕੀ ਵੇ ਨਾਲ ਕਿਸ ਤਰ੍ਹਾਂ ਸੋਲਵ ਕਰਨਾ। ਬੇਸਿਕ ਸਟਰਕਚਰ ਤੋਂ ਸ਼ੁਰੂ ਕਰਾਂਗੇ। ਲਾਈਕ ਸਭ ਤੋਂ ਪਹਿਲਾਂ ਪ੍ਰੋਬਲਮ ਹੁੰਦੀ ਹੈ ਕਿ 4 ਬਾਡੀ ਪੈਰਾਗ੍ਰਾਫਸ ਬਣਾਈਏ ਜਾਂ 5 ਪੈਰਾਗ੍ਰਾਫਸ ਬਣਾਈਏ। ਸੋ ਮੇਰੀ ਇਹ ਹੀ ਰਾਏ ਰਹੇਗੀ ਕਿ ਗੋ ਵਿਦ ਦਾ 4 ਪੈਰਾਗ੍ਰਾਫਸ, 4 ਪੈਰਾਗ੍ਰਾਫ ਬਣਾਓ ਹਮੇਸ਼ਾ। 5 ਦੇ ਵਿੱਚ ਥੋੜ੍ਹੀ ਪ੍ਰੋਬਲਮ ਆਉਂਦੀ ਹੈ ਕਿ ਕੀ ਲਿਖੀਏ 5th ਪੈਰਾਗ੍ਰਾਫ ਬਣਾ ਕੇ। ਸੋ ਸਭ ਤੋਂ ਪਹਿਲਾਂ ਆਪਣੀ ਇੰਟਰੋਡਕਸ਼ਨ ਹੁੰਦੀ ਆ ਹਰ ਐਸੇ ਦੀ। ਸੋ ਇੰਟਰੋਡਕਸ਼ਨ ਦੇ ਵਿੱਚ 2 ਸੈਂਟੈਂਸ ਬਣਾਓ। 2 ਸੈਂਟੈਂਸ ਕੀ ਹੋਣਗੇ, ਐਗਜ਼ਾਮਪਲ ਕੁਐਸਚਨ ਨਾਲ ਦੇਖਦੇ ਹਾਂ। ਇਹ ਆਪਣਾ ਕੁਐਸਚਨ ਹੈ, ਇਨ ਸਮ ਕੰਟਰੀਜ਼ ਗਵਰਨਮੈਂਟਸ ਆਰ ਇਨਕਰੇਜਿੰਗ ਇੰਡਸਟਰੀਜ਼ ਐਂਡ ਬਿਜ਼ਨਸਿਸ ਟੂ ਰੀਜਨਲ ਏਰੀਆਜ਼ ਆਊਟਸਾਈਡ ਬਿਗ ਸਿਟੀਜ਼, ਡੂ ਦਾ ਐਡਵਾਂਟੇਜਿਸ ਆਫ ਦਿਸ ਟ੍ਰੈਂਡ ਆਊਟਵੇ ਦਾ ਡਿਸਐਡਵਾਂਟੇਜਿਸ। ਸੋ ਜੋ ਆਪਣਾ ਫਸਟ ਸੈਂਟੈਂਸ ਹੋਏਗਾ ਉਹ ਇਸ ਚੀਜ਼ ਦਾ ਬਣੇਗਾ, ਇਸਦੀ ਪੈਰਾਫਰੇਜ਼ਿੰਗ ਹੋਏਗੀ ਫਸਟ ਸੈਂਟੈਂਸ ਲਈ। ਸੈਕਿੰਡ ਸੈਂਟੈਂਸ ਹੋਏਗਾ ਇਸਦਾ ਆਂਸਰ, ਮੀਨਸ ਆਪਾਂ ਕੀ ਕਹਿ ਰਹੇ ਹਾਂ, ਐਡਵਾਂਟੇਜਿਸ ਜ਼ਿਆਦਾ ਨੇ ਜਾਂ ਡਿਸਐਡਵਾਂਟੇਜਿਸ। ਸੋ ਬੇਸਡ ਔਨ ਦਾ ਕੁਐਸਚਨ ਆਪਾਂ ਆਪਣਾ ਸੈਕਿੰਡ ਸੈਂਟੈਂਸ ਬਣਾਵਾਂਗੇ, ਫਸਟ ਸੈਂਟੈਂਸ ਪੈਰਾਫਰੇਜ਼ਿੰਗ, ਸਿੰਪਲੀ ਆਪਣੀ ਇੰਟਰੋਡਕਸ਼ਨ ਖਤਮ। ਇੰਟਰੋਡਕਸ਼ਨ ਸਹੀ ਹੈ, ਮਤਲਬ 6.5 ਤੋਂ ਅੱਗੇ ਜਾ ਸਕਦੇ ਹਾਂ। ਦੈਨ ਬੋਡੀ ਪੈਰਾਗ੍ਰਾਫ 1 ਐਂਡ ਬੋਡੀ ਪੈਰਾਗ੍ਰਾਫ 2, ਇਹਨਾਂ ਦੇ ਵਿੱਚ ਅਪਰੋਚ ਰੱਖਣੀ ਹੈ ਕਿ 5-5 ਸੈਂਟੈਂਸਿਸ ਬਣ, ਬਿਕੋਜ਼ ਆਪਣੇ ਕੋਲ ਲਿਮਿਟ ਹੈ 250 ਵਰਡਸ ਦੀ। 2 ਸੈਂਟੈਂਸ ਮੀਨਸ ਨੀਅਰਲੀ 30-40 ਵਰਡਸ, 5 ਸੈਂਟੈਂਸਿਸ ਮੀਨਸ ਨੀਅਰਲੀ 70-80 ਵਰਡਸ ਇਨ ਈਚ ਬੋਡੀ ਪੈਰਾਗ੍ਰਾਫ। ਸੋ ਇਹਦੇ ਵਿੱਚ ਇੱਕ ਮੇਨ ਪੁਆਇੰਟ ਬਣਾਓ, ਉਹਨੂੰ ਥੋੜ੍ਹਾ ਡਿਟੇਲ ਵਿੱਚ ਦੱਸੋ, ਉਸਦੀਆਂ ਐਕਸਪਲੇਨੇਸ਼ਨਸ, ਫਿਰ ਉਸ ਦੇ ਵਿੱਚ ਐਗਜ਼ਾਮਪਲ ਕੋਟ ਕਰੋ। ਤੁਹਾਡੇ 3 ਪੁਆਇੰਟ ਹੋ ਗਏ, 2 ਪੁਆਇੰਟਸ ਕੋਈ 2 ਹੋਰ ਆਈਡੀਆਜ਼ ਪਾ ਦਿਓ, ਜੇ 1 ਆਈਡੀਆ ਦੈਨ ਉਹਨੂੰ ਹੀ ਐਕਸਪਲੇਨ ਕਰ ਦਿਓ। ਸੇਮ ਹੀ ਸਟਰਕਚਰ ਰਹੇਗਾ ਬੋਡੀ ਪੈਰਾਗ੍ਰਾਫ 2 ਦੇ ਵਿੱਚ। ਸੋ ਲਾਈਕ ਜੇ ਮੈਂ ਇੱਥੇ ਕਹਾਂ ਐਡਵਾਂਟੇਜਸ ਜ਼ਿਆਦਾ ਨੇ, ਡਿਸਐਡਵਾਂਟੇਜਸ ਘੱਟ ਨੇ, ਤਾਂ ਐਡਵਾਂਟੇਜਸ ਜੋ ਜਿਸ ਓਪੀਨੀਅਨ ਵੱਲ ਮੈਂ ਹਾਂ ਉਹਨੂੰ ਮੈਂ ਹਮੇਸ਼ਾ ਸੈਕਿੰਡ ਬੋਡੀ ਪੈਰਾਗ੍ਰਾਫ ਵਿੱਚ ਰੱਖੂੰਗੀ, ਐਂਡ ਜੋ ਮੇਰਾ ਓਪੀਨੀਅਨ ਨਹੀਂ ਹੈ ਬਟ ਲੋਕ ਤਾਂ ਉਹਨੂੰ ਮੰਨਦੇ ਆ, ਉਹਨੂੰ ਬੋਡੀ ਪੈਰਾਗ੍ਰਾਫ 1 ਵਿੱਚ ਰੱਖਿਆ ਜਾਏਗਾ। ਜੋ ਆਪਣੀ ਕੰਕਲੂਜਨ ਹੁੰਦੀ ਆ ਇਹਦੇ ਵਿੱਚ ਹੋਰ ਕੁਛ ਐਡ ਨਹੀਂ ਕਰਨਾ ਹੁੰਦਾ, ਜੋ ਐਸੇ ਦੇ ਵਿੱਚ ਲਿਖਿਆ ਉਹਨੂੰ ਰਿਮੂਵ ਵੀ ਨਹੀਂ ਕਰਨਾ। ਜੋ ਆਪਣਾ ਸੈਕਿੰਡ ਸੈਂਟੈਂਸ, ਜੋ ਆਪਾਂ ਆਪਣਾ ਓਪੀਨੀਅਨ ਦਿੱਤਾ ਸੀ ਕਿ ਇਹ ਚੀਜ਼ ਹੈ, ਸਿੰਪਲੀ ਉਹਦੀ ਪੈਰਾਫਰੇਜ਼ਿੰਗ ਹੋਏਗੀ, ਤਾਂ ਆਪਾਂ ਕਹਿ ਸਕਦੇ ਹਾਂ ਕਿ ਕੰਕਲੂਜਨ ਕੀ ਹੁੰਦੀ ਹੈ, ਪੈਰਾਫਰੇਜ਼ਿੰਗ ਆਫ ਦਾ TR। TR ਮੀਨਸ ਟਾਸਕ ਰਿਸਪੋਂਸ, ਜੋ ਕੁਐਸਚਨ ਪੁੱਛਿਆ ਗਿਆ ਸੀ, ਜੋ ਆਂਸਰ ਦਿੱਤਾ ਗਿਆ ਸੀ। ਰਾਈਟਿੰਗ ਟਾਸਕ 2 ਦੇ ਵਿੱਚ ਇੱਕ ਚੀਜ਼ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ, ਜੇਕਰ ਇੰਟਰੋਡਕਸ਼ਨ ਕੰਕਲੂਜਨ ਦੇ ਕੌਂਟਰੇਰੀ ਚਲੀ ਗਈ, ਇਟ ਮੀਨਸ ਬੈਂਡ ਸਕੋਰ ਕਦੇ ਵੀ 6 ਤੋਂ ਹਾਈ ਹੋ ਹੀ ਨਹੀਂ ਸਕਦਾ, ਚਾਹੇ ਐਸੇ ਕਿੰਨਾ ਵੀ ਜ਼ਿਆਦਾ ਵਧੀਆ ਲਿਖਿਆ ਹੋਵੇ। ਜੋ ਇੰਟਰੋਡਕਸ਼ਨ ਦੇ ਵਿੱਚ ਕਹਿ ਦਿੱਤਾ ਉਹ ਸੇਮ ਚੀਜ਼ ਹੀ TR ਜੋ ਹੈ ਪੈਰਾਫਰੇਜ਼ ਹੋਏਗਾ ਕੰਕਲੂਜਨ ਦੇ ਵਿੱਚ।
ਜੋ ਇਹ ਵਰਡ ਅਪਰੋਚ ਰਹੇਗੀ ਸੈਂਟੈਂਸ ਵਾਈਜ਼ 250 to 280 ਵਰਡ ਜਾ ਸਕਦੇ ਆ, ਕੁਛ ਵੀ ਗਲਤ ਨਹੀਂ ਹੋਏਗਾ। ਸੋ ਬੇਸਡ ਔਨ ਦਿਸ ਕੁਐਸਚਨ ਜੇ ਆਪਣਾ ਓਪੀਨੀਅਨ ਐਡਵਾਂਟੇਜਸ ਹੈ ਉਹਨੂੰ ਸੈਕਿੰਡ ਦੇ ਵਿੱਚ ਲਿਖੋ, ਡਿਸਐਡਵਾਂਟੇਜ ਹੈ ਤਾਂ ਵੀ ਉਹਨੂੰ ਸੈਕਿੰਡ ਵਿੱਚ ਹੀ ਲਿਖੋ, ਅਤੇ ਇਹ ਓਪੀਨੀਅਨ ਹਮੇਸ਼ਾ ਕੰਕਲੂਜਨ ਐਂਡ ਇੰਟਰੋਡਕਸ਼ਨ ਦੇ ਵਿੱਚ ਰਹੇਗਾ ਹੀ ਰਹੇਗਾ। ਸੋ ਇਹ ਬੇਸਿਕ ਅਪਰੋਚ ਹੈ ਜੋ ਮੈਂ ਵੀ ਫੋਲੋ ਕੀਤੀ ਸੀ ਜਦੋਂ ਆਪਣੀ ਪ੍ਰੈਪਰੇਸ਼ਨ ਕੀਤੀ ਸੀ, ਐਂਡ ਆਈ ਥਿੰਕ ਇਟ ਵਿਲ ਰੀਅਲੀ ਹੈਲਪ ਯੂ। ਜੇਕਰ ਤੁਹਾਨੂੰ ਜ਼ਿਆਦਾ ਕੁਐਰੀਜ਼ ਹੈ ਜਾਂ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਸੀਂ ਯੂਰੇਸ਼ੀਆ ਲੈਂਗੁਏਜ ਸਕੂਲ ਮੋਹਾਲੀ ਨੂੰ ਵਿਜ਼ਿਟ ਕਰ ਸਕਦੇ ਹੋ ਐਨੀ ਟਾਈਮ। ਦ ਟਾਈਮਿੰਗਸ ਆਰ 7 AM to 7 PM। ਸੋ ਦਿਸ ਇਜ਼ ਦ ਸਟਰਕਚਰ ਆਲ ਅਬਾਊਟ ਦ ਐਸੇ ਫੋਰਮੈਟ। ਸੋ ਡੈਫੀਨੇਟਲੀ ਆਈ ਥਿੰਕ ਇਟ ਵਿਲ ਹੈਲਪ ਯੂ। ਹੁਣ ਮੈਂ ਗੱਲ ਕਰਨ ਜਾ ਰਹੀ ਹਾਂ ਉਸ ਅਪਰੋਚ ਦੀ ਜੋ ਮੈਂ ਫੋਲੋ ਕੀਤੀ ਸੀ ਅਤੇ ਜਿਹਦੇ ਨਾਲ ਮੈਨੂੰ 7.5 ਬੈਂਡ ਸਕੋਰ ਆਏ ਸੀ। ਸਿੰਪਲੀ ਆਪਾਂ ਪਹਿਲਾਂ ਸਟਾਰਟ ਕਰਦੇ ਹਾਂ ਐਸੇ ਦੇ ਸਟਾਰਟਿੰਗ ਤੋਂ, ਜਰਨਲ ਸੈਂਟੈਂਸ। ਬਹੁਤ ਸਾਰੇ ਲੋਕ ਸੋਚਦੇ ਆ ਵੀ ਜਰਨਲ ਸੈਂਟੈਂਸ ਲਿਖਣਾ ਬਹੁਤ ਜ਼ਰੂਰੀ ਹੁੰਦਾ, ਇਹਦੇ ਨਾਲ ਹੀ ਬੈਂਡ ਸਕੋਰ ਆਉਂਦੇ ਨੇ ਕਿ ਨਹੀਂ ਤਾਂ ਬੈਂਡ ਸਕੋਰ ਹੀ ਨਹੀਂ ਆਉਣਗੇ। ਬਟ ਜਰਨਲ ਸੈਂਟੈਂਸ ਲਿਖ ਸਕਦੇ ਹੋ, ਨੋ ਡਾਊਟ ਪੋਜ਼ੀਟਿਵ ਹੁੰਦਾ, ਬਟ ਇਹਦਾ ਨੈਗੇਟਿਵ ਇੰਪ੍ਰੈਸ਼ਨ ਵੀ ਓਨਾ ਹੀ ਜ਼ਿਆਦਾ ਪੈਂਦਾ ਜੇਕਰ ਉਹ ਗਲਤ ਹੋ ਜੇ। ਸਟੂਡੈਂਟ ਯਾਦ ਕਰ ਲੈਂਦੇ ਨੇ ਇਸ ਚੀਜ਼ ਨੂੰ ਅਤੇ ਉਵੇਂ ਲਿਖ ਦਿੰਦੇ ਨੇ ਰਿਗਾਰਡਲੈਸ ਆਫ ਕੁਐਸਚਨ ਕਿ ਉਹਨੂੰ ਸੂਟ ਕਰੂਗਾ ਵੀ ਕਿ ਨਹੀਂ ਕਰੂਗਾ, ਜਿਹਦੇ ਨਾਲ ਕੀ ਹੈ ਜੋ ਬੈਂਡ ਸਕੋਰ ਡਾਇਰੈਕਟਲੀ ਐਟਲੀਸਟ 1 'ਤੇ ਲੋ ਹੋ ਜਾਂਦਾ। ਅਪਾਰਟ ਫਰੋਮ ਦਿਸ ਵੋਕੈਬਲਰੀ ਦੀ ਗੱਲ ਕਰੀਏ, ਨੋ ਡਾਊਟ ਵੋਕੈਬਲਰੀ ਵੀ ਇੰਪੋਰਟੈਂਟ ਹੈ, ਤਾਂ ਵੋਕੈਬਲਰੀ ਨੂੰ ਵੀ ਸਿੰਪਲ ਰੱਖੋ ਔਰ ਸੈਂਟੈਂਸ ਨਾਲ ਸੂਟ ਕਰਦੀ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਆਪਾਂ ਮੈਟੀਕੁਲਸ ਵਰਡ ਲਿਖਤਾ ਉੱਥੇ ਯੂਜ਼ ਵੀ ਨਹੀਂ ਹੋ ਰਿਹਾ, ਮੈਟਰੋਪੋਲੀਟਨ ਲਿਖਤਾ ਜਦਕਿ ਕੋਈ ਡੈਵਲਪਿੰਗ ਸਿਟੀਜ਼ ਦੀ ਗੱਲ ਹੋ ਰਹੀ ਹੈ। ਇਸ ਤੋਂ ਇਲਾਵਾ ਲੈਕਸੀਕਲ ਰਿਸੋਰਸਿਸ ਕਨੈਕਟਰਸ ਜਿਹੜੇ ਯੂਜ਼ ਕਰਨੇ ਆ ਮਸਟ ਹੁੰਦੇ ਨੇ, ਲਾਈਕ ਤੁਸੀਂ ਦੋ ਬਾਡੀ ਪੈਰਾਗ੍ਰਾਫ ਬਣਾਏ ਨੇ, ਇੱਕ ਦੇ ਵਿੱਚ ਫਸਟਲੀ ਸੈਕੰਡਲੀ ਯੂਜ਼ ਕਰੋ, ਦੂਜੇ ਦੇ ਵਿੱਚ ਫਰਦਰ ਮੋਰ, ਅਪਾਰਟ ਫਰੋਮ ਦਿਸ, ਐਟ ਦ ਸੇਮ ਟਾਈਮ, ਅਜਿਹਾ ਕੁਛ। ਮੀਨਸ ਵਰਾਇਟੀ ਸ਼ੋਅ ਕਰਨੀ ਆ ਸੈਂਟੈਂਸ ਫੋਰਮੇਸ਼ਨ ਦੀ। ਸੈਂਟੈਂਸ ਫੋਰਮੇਸ਼ਨ ਦੀ ਜਿੱਥੇ ਗੱਲ ਕਰੀਏ, ਫਿਰ ਆਪਾਂ ਕਹਿੰਦੇ ਸਿੰਪਲ, ਕੰਪਲੈਕਸ ਅਤੇ ਕੰਪਾਊਂਡ ਸੈਂਟੈਂਸ ਹੋਣੇ ਚਾਹੀਦੇ ਆ ਹਰ ਪੈਰਾਗ੍ਰਾਫ ਦੇ ਵਿੱਚ। ਬਾਡੀ ਪੈਰਾਗ੍ਰਾਫ ਕੰਪਲੈਕਸ ਸੈਂਟੈਂਸ ਮਸਟ, ਘੱਟੋ ਘੱਟ ਦੋ ਕੰਪਲੈਕਸ ਸੈਂਟੈਂਸ ਹੋਣੇ ਹੀ ਚਾਹੀਦੇ ਆ, ਐਂਡ ਜੋ ਇੰਟਰੋ ਹੋਏਗੀ ਇਹਦੇ ਵਿੱਚ ਇੱਕ ਕੰਪਾਊਂਡ ਸੈਂਟੈਂਸ ਜ਼ਰੂਰ ਬਣਾਓ, ਜਾਂ ਵਾਈਸ ਵਰਸਾ ਕਰ ਲਓ, ਇਹਦੇ ਵਿੱਚ ਇੱਕ ਕੰਪਲੈਕਸ ਬਣਾ ਦਿਓ, ਇਹਨਾਂ ਦੇ ਵਿੱਚ ਕੰਪਾਊਂਡ, ਜਿਵੇਂ ਆਲ ਦੋ ਵਾਈਲ ਕਰਕੇ ਆਪਾਂ ਸੈਂਟੈਂਸ ਬਣਾਉਣੇ। ਕੁਛ ਲੋਕ ਬਣਾ ਵੀ ਲੈਂਦੇ ਆ, ਉਹਨਾਂ ਨੂੰ ਪਤਾ ਨਹੀਂ ਹੁੰਦਾ ਇਹ ਕਿਹੜਾ ਸੈਂਟੈਂਸ ਆ, ਤਾਂ ਇਹਦੇ ਵਿੱਚ ਆਲ ਦੋ ਵਾਈਲ ਵਾਲਾ ਜੇ ਸੈਂਟੈਂਸ ਬਣ ਗਿਆ ਤਾਂ ਇਹਨਾਂ ਦੇ ਵਿੱਚ ਬਿਕੋਜ਼, ਵਿੱਚ, ਵੇਅਰ, ਵੈਨ ਯੂਜ਼ ਕਰਕੇ ਸੈਂਟੈਂਸ ਬਣਾਓ। 5 ਸੈਂਟੈਂਸ ਦਾ ਮਤਲਬ ਇਹ ਨਹੀਂ ਕਿ ਅਸੀਂ ਸਿਰਫ 5 ਲਾਈਨਸ ਲਿਖਣੀਆਂ ਨੇ, ਘੱਟੋ ਘੱਟ ਅਕੋਰਡਿੰਗ ਟੂ ਬ੍ਰਿਟਿਸ਼ ਕਾਊਂਸਲ ਸ਼ੀਟ ਜਿਹੜੀ ਹੁੰਦੀ ਹੈ ਰਾਈਟਿੰਗ ਟਾਸਕ ਦੀ, ਤੁਸੀਂ ਉਹਦੀਆਂ 2 to 2.5 ਲਾਈਨਸ ਹੈ ਜਿਹੜੀਆਂ ਇੱਕ ਸੈਂਟੈਂਸ ਬਣਾਓਗੇ। ਮੀਨਸ ਤੁਹਾਡਾ ਜਿਹੜਾ ਸੈਂਟੈਂਸ ਹੈ ਉਹ ਆਪਦੀ ਹੀ ਰੀਜ਼ਨਿੰਗ ਦੇਣ ਵਾਲਾ ਹੋਣਾ ਚਾਹੀਦਾ ਕਿ ਆਪਾਂ ਉਹ ਚੀਜ਼ ਕਿਉਂ ਲਿਖੀ ਆ। ਹੁਣ ਜਿਵੇਂ ਇਹ ਕੁਐਸਚਨ ਦੀ ਅਪਰੋਚ ਨੂੰ ਲਈਏ 7.5 ਨੂੰ ਹੀ ਲੈ ਕੇ ਜਾਂ ਉਸ ਤੋਂ ਜ਼ਿਆਦਾ, ਇਹਦੇ ਵਿੱਚ ਸਿੰਪਲ ਕੁਐਸਚਨ ਪੁੱਛਿਆ ਗਿਆ, ਡੂ ਦਾ ਐਡਵਾਂਟੇਜਿਸ ਆਫ ਦਿਸ ਟ੍ਰੈਂਡ ਆਊਟਵੇ। ਆਪਾਂ ਕਿਸੇ ਵੀ ਚੀਜ਼ ਵੱਲ ਜਾ ਸਕਦੇ ਹਾਂ, ਆਪਾਂ ਕੋਲ ਐਡਵਾਂਟੇਜਿਸ ਡਿਸਐਡਵਾਂਟੇਜ ਪਰ ਉਹ ਗਲਤ ਹੋ ਜਾਏਗਾ। ਜੋ ਵੀ ਵਰਡ ਆਊਟਵੇ ਦੇ ਅੱਗੇ ਚੀਜ਼ ਉਹਨਾਂ ਨੇ ਕਹਿ ਦਿੱਤੀ, ਆਪਣਾ ਓਪੀਨੀਅਨ ਹਮੇਸ਼ਾ ਉਹਦਾ ਨਾਲ ਹੀ ਜਾਣਾ ਚਾਹੀਦਾ। ਲਿਖ ਸਕਦੇ ਹਾਂ ਆਇਲਸ ਦੇ ਵਿੱਚ, ਗਲਤ ਕੁਛ ਵੀ ਨਹੀਂ ਹੁੰਦਾ, ਡਿਸਐਡਵਾਂਟੇਜਿਸ ਵੀ ਆਪਾਂ ਲਿਖ ਦਾਂਗੇ ਕਿ ਜ਼ਿਆਦਾ ਨੇ, ਨੋ ਪ੍ਰੋਬਲਮ, ਬਟ ਬੈਂਡ ਸਕੋਰ 7 ਨਹੀਂ ਆਊਗਾ ਬਿਕੋਜ਼ ਉਹ ਕੁਐਸਚਨ ਦੀ ਡਿਮਾਂਡ ਹੀ ਨਹੀਂ ਹੈ ਜੇ ਆਪਾਂ ਡਿਸਐਡਵਾਂਟੇਜਿਸ ਲਿਖਦੇ ਹਾਂ। ਆਊਟਵੇ ਤੋਂ ਪਹਿਲਾਂ ਜਿਹੜਾ ਵੀ ਵਰਡ ਆ ਗਿਆ ਤਾਂ ਉਹ ਹੀ ਆਪਣਾ ਓਪੀਨੀਅਨ ਹੋਣਾ ਚਾਹੀਦਾ। ਜੇਕਰ ਇੱਥੇ ਮੋਰ ਦੈਨ ਹੁੰਦਾ, ਡੂ ਦਾ ਐਡਵਾਂਟੇਜਿਸ ਆਫ ਦਿਸ ਟ੍ਰੈਂਡ ਆਰ ਮੋਰ ਦੈਨ ਦਾ ਡਿਸਐਡਵਾਂਟੇਜਿਸ, ਫਿਰ ਕੰਪਲੀਟਲੀ ਆਪਣੀ ਚੋਇਸ ਸੀ, ਆਪਾਂ ਐਡਵਾਂਟੇਜਿਸ ਤੋਂ ਡਿਸਐਡਵਾਂਟੇਜਿਸ ਤੋਂ ਕੋਈ ਪ੍ਰੋਬਲਮ ਨਹੀਂ ਸੀ, ਐਗਜੈਕਟਲੀ ਆਨਸਰ ਸਹੀ ਜਾਣਾ। ਇਸ ਤੋਂ ਇਲਾਵਾ ਹੁਣ ਜਨਰਲ ਲਾਈਨ ਦੀ ਗੱਲ ਹੋ ਗਈ ਕਿ ਯੂਜ਼ ਕਰ ਸਕਦੇ ਹੋ, ਐਟ ਦੀ ਐਂਡ ਸਹੀ ਹੋਣੀ ਚਾਹੀਦੀ ਹੈ, ਆਪਣੀ ਬਣਾਈ ਹੋਣੀ ਚਾਹੀਦੀ ਹੈ, ਕਿਤੋਂ ਵੀ ਕ੍ਰੈਮਡ ਨਹੀਂ ਹੋ ਸਕਦੀ।
ਵੋਕੈਬਲਰੀ ਪਾਓ ਪਰ ਜਿਹੜੀ ਸੂਟ ਕਰੇ ਸੈਂਟੈਂਸਿਸ ਨੂੰ। ਇਹ ਨਹੀਂ ਹੋਣਾ ਚਾਹੀਦਾ ਕਿ ਉਹ ਸਾਡੇ ਸੈਂਟੈਂਸ ਦਾ ਮੀਨਿੰਗ ਹੀ ਚੇਂਜ ਕਰ ਦੇ, ਤਾਂ ਫਿਰ ਗਲਤ ਹੋ ਜਾਏਗਾ। ਟਾਸਕ ਰਿਸਪੋਂਸ ਟਾਸਕ ਅਚੀਵਮੈਂਟ ਨਾਲ ਚੈੱਕ ਹੁੰਦਾ, ਉਹਦੇ ਵਿੱਚੋਂ ਬੈਂਡ ਸਕੋਰ ਨਹੀਂ ਆਉਣਗੇ। ਕਨੈਕਟਰਸ ਅਗੇਨ ਆਈ ਵੁੱਡ ਸੇ ਬਹੁਤ ਜ਼ਰੂਰੀ ਹੁੰਦੇ ਨੇ, ਤਾਂ ਕਿ ਉਹ ਆਪਣਾ ਇੱਕ ਸੈਂਟੈਂਸ ਦੂਜੇ ਦੇ ਨਾਲ ਜੁੜ ਕੇ ਚੱਲੇ। ਆਪਾਂ ਮੇਨ ਪੁਆਇੰਟ ਦਿੱਤਾ, ਉਹਦੀ ਐਕਸਪਲੇਨੇਸ਼ਨ, ਦੈਨ ਐਗਜ਼ਾਮਪਲ, ਚੀਜ਼ ਬਿਲਕੁਲ ਕਲੀਅਰ ਹੋ ਜਾਣੀ ਚਾਹੀਦੀ ਹੈ ਵੀ ਅਸੀਂ ਕੀ ਕਹਿੰਦੇ ਹਾਂ। ਔਰ ਇਹ ਜੋ ਫੋਰਮੈਟ ਮੈਂ ਦੱਸਿਆ ਬਿਲਕੁਲ ਇਸੇ ਦੇ ਅਕੋਰਡਿੰਗ ਹੀ ਜੋ ਆਇਲਸ ਦਾ ਰਿਜ਼ਲਟ ਸ਼ੋਅ ਹੁੰਦਾ ਔਨਲਾਈਨ, ਉਹਦੇ ਨੀਚੇ ਰਿਮਾਰਕਸ ਦਿੱਤੇ ਹੁੰਦੇ ਨੇ ਐਗਜ਼ਾਮਿਨਰ ਦੇ, ਕੀ ਸਹੀ ਸੀ ਕੀ ਗਲਤ ਸੀ। ਅਤੇ ਇੱਕ ਹੋਰ ਜ਼ਰੂਰੀ ਗੱਲ, ਹਰ ਸੈਂਟੈਂਸ ਨੂੰ ਬਿਲਕੁਲ ਕਲੀਅਰ ਲਿਖ ਕੇ ਆਓ। ਜੇ ਮੈਂ ਇਹਨੂੰ ਮਿਕਸ ਕਰਕੇ ਇਸ ਤਰ੍ਹਾਂ ਲਿਖਤਾ ਜਲਦੀ 'ਚ, ਉਹਨੂੰ ਸਪੈਲਿੰਗ ਮਿਸਟੇਕ ਕੰਸਿਡਰ ਕਰਕੇ ਬੈਂਡ ਸਕੋਰ ਲੂਜ਼ ਹੋਣਗੇ। ਇਸ ਤੋਂ ਇਲਾਵਾ ਜੇ ਆਪਾਂ ਕਿਸੇ ਹੋਰ ਅਪਰੋਚ ਦੀ ਗੱਲ ਕਰੀਏ, ਉਹ ਐਸੇ 'ਤੇ ਡਿਪੈਂਡ ਕਰੇਗੀ ਕਿ ਕੁਐਸਚਨ ਕੀ ਹੈ, ਬਟ ਬੇਸਿਕ ਜਰਨਲ ਜੋ ਫੋਰਮੈਟ ਰਹੇਗਾ ਇਹੀ ਰਹੇਗਾ। ਜੇਕਰ ਸਹੀ ਫੋਰਮੈਟ ਇਸੇ ਤਰ੍ਹਾਂ ਅਪਲਾਈ ਕਰ ਦਿੱਤਾ, ਇਟ ਮੀਨਸ ਨੋਟ ਲੈਸ ਦੈਨ 7 ਔਰ 7.5, ਫਿਰ ਉਹ ਤੁਹਾਡੇ ਸੈਂਟੈਂਸ ਕੰਪਲੈਕਸਿਟੀ 'ਤੇ ਆ ਵੀ 8 ਤੱਕ ਜਾਏਗਾ, ਜਾਂ ਤੁਸੀਂ ਕਿੰਨੀ ਕੁ ਵਧੀਆ ਐਗਜ਼ਾਮਪਲ ਫੋਰਮ ਕਰਕੇ ਆਏ ਹੋ ਤਾਂ 8.5 ਤੱਕ ਜਾਏਗਾ। ਮੇਕ ਸ਼ੋਰ ਇੰਟਰੋਡਕਸ਼ਨ ਅਤੇ ਕੰਕਲੂਜਨ ਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ। 3 ਸੈਂਟੈਂਸ ਆ ਦਿਮਾਗ 'ਚ ਬਿਠਾ ਲਓ ਕਿ ਇਹ ਸਹੀ ਹੋਣੇ ਹੀ ਹੋਣੇ ਚਾਹੀਦੇ ਆ। ਇਹ ਦੋਨੋਂ ਠੀਕ ਨੇ 6.5, ਇਹ ਚੀਜ਼ਾਂ ਦੇ ਈਜ਼ੀਲੀ 0.1 ਤਾਂ ਆਈ ਜਾਣਗੇ, ਇਟ ਮੀਨਸ 7.5 ਔਰ ਮੋਰ। ਸੋ ਦਿਸ ਇਜ਼ ਆਲ ਅਬਾਊਟ ਦ ਬੇਸਿਕ ਐਸੇ ਸਟਰਕਚਰ। ਇਸ ਤੋਂ ਇਲਾਵਾ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਸਾਡੇ ਬੈਂਡ ਸਕੋਰ ਇੰਨੇ ਆ ਹੀ ਨਹੀਂ ਸਕਦੇ, ਸਾਡੀ ਗਰਾਮਰ ਵੀਕ ਹੈ ਜਾਂ ਸਾਨੂੰ ਆਈਡੀਆਜ਼ ਨਹੀਂ ਆਉਂਦੇ, ਵੋਕੈਬਲਰੀ ਨਹੀਂ ਹੈ, ਤਾਂ ਪਲੀਜ਼ ਤੁਸੀਂ ਸਾਡੇ ਇੰਸਟੀਟਿਊਟ ਯੂਰੇਸ਼ੀਆ ਲੈਂਗੁਏਜ ਸਕੂਲ ਮੋਹਾਲੀ ਵਿਜ਼ਿਟ ਕਰੋ। ਇੱਥੇ ਪਹਿਲਾਂ ਤੁਹਾਨੂੰ ਕੋਨਸੈਪਟ ਕਲਾਸ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਇਹ ਹਰ ਚੀਜ਼ ਕਲੀਅਰ ਕਰਾਈ ਜਾਏਗੀ ਕਿ ਐਕਚੁਅਲ 'ਚ ਹੁੰਦਾ ਕੀ ਹੈ, ਫਿਰ ਹੀ ਚੀਜ਼ 'ਤੇ ਪ੍ਰੈਕਟਿਸ ਕਰਨ ਦਾ ਫਾਇਦਾ। ਮੈਂ ਤੁਹਾਨੂੰ ਐਸੇ ਦੇਦਾਂ ਕਿ ਲਓ ਜੀ ਲਿਖੋ, ਜਦੋਂ ਆਈਡੀਆਜ਼ ਹੀ ਨਹੀਂ ਹੈ, ਆਪਣੇ ਕੋਲ ਇੱਕ ਫੋਰਮੈਟ ਹੀ ਨਹੀਂ ਹੈ, ਤਾਂ ਉਹਨੂੰ ਕਰਨ ਦਾ ਕੋਈ ਫਾਇਦਾ ਨਹੀਂ। ਐਟਲੀਸਟ 5.56 ਇਹੀ ਬੈਂਡ ਸਕੋਰ ਰਹੇਗਾ। ਸੋ ਇਹ ਅਪਰੋਚ ਹੈ ਜੋ ਫੋਲੋ ਹੋਣੀ ਚਾਹੀਦੀ ਹੈ, ਸਪੈਸ਼ਲੀ GT ਵਾਲਿਆਂ ਲਈ ਜਾਂ ਜਿਨ੍ਹਾਂ ਦੀ ਵੀ ਰਿਕੁਆਇਰਮੈਂਟ ਮੋਰ ਦੈਨ 7 ਔਰ 7 ਹੈ। ਸੋ ਕੀਪ ਫੋਲੋਇੰਗ ਦਿਸ। ਔਰ ਇੱਕ ਹੋਰ ਗੱਲ, ਜੇ ਆਪਾਂ ਗੱਲ ਕਰੀਏ ਐਸੇ ਟਾਈਪਸ ਦੀ, ਉਹ ਆਪਾਂ ਕਿਸੇ ਹੋਰ ਵੀਡੀਓ ਵਿੱਚ ਜ਼ਰੂਰ ਸ਼ੇਅਰ ਕਰਾਂਗੇ, ਬਟ ਮੈਂ ਇਹੀ ਕਹੂੰਗੀ ਕਿ ਹਰ ਟਾਈਪ ਦੇ ਐਸੇ ਦੀ ਚੰਗੀ ਤਰ੍ਹਾਂ ਪ੍ਰੈਕਟਿਸ ਕੀਤੀ ਹੋਣੀ ਚਾਹੀਦੀ ਹੈ। ਇਹ ਨਹੀਂ ਹੈ ਕਿ ਮੈਂ ਸਿਰਫ ਇੱਕ ਕੰਪਿਊਟਰਸ 'ਤੇ ਐਸੇ ਪੜ੍ਹ ਲਿਆ ਫਿਰ ਉਹੀ ਲਿਖ ਕੇ ਆਉਣਾ। ਅਗੇਨ ਉਹਦੀ ਟਾਈਪ ਦੇ ਉੱਤੇ ਡਿਪੈਂਡ ਕਰੇਗਾ ਕਿ ਲਿਖਣਾ ਕੀ ਆ, ਉਹਦੀ ਸਟਰਕਚਰ ਅੱਗੇ ਕਿਹੋ ਜਿਹੀ ਹੋਊ, ਮੈਂ BP 1 ਦੇ ਵਿੱਚ ਕੀ ਲਿਖਣਾ, BP 2 ਦੇ ਵਿੱਚ ਕੀ ਲਿਖਣਾ, ਜਾਂ ਫਿਰ ਇੰਟਰੋਡਕਸ਼ਨ ਨੂੰ ਹੀ ਕਿਸ ਤਰ੍ਹਾਂ ਫਰੇਮ ਕਰਨਾ। ਜੋ ਆਪਣਾ ਟਾਸਕ ਰਿਸਪੋਂਸ ਹੈ ਉਹ ਆਪਣੇ ਕੁਐਸਚਨ 'ਤੇ ਡਿਪੈਂਡ ਕਰਦਾ। ਹੁਣ ਇੱਥੇ ਆਊਟਵੇ ਵਾਲਾ ਸੀ, ਇਹੋ ਜਿਹਾ ਬਣੂਗਾ, ਜੇ ਕੁਛ ਹੋਰ ਹੈ ਤਾਂ ਉਹਨੂੰ ਚੇਂਜ ਕਰਨਾ ਪਏਗਾ ਅਕੋਰਡਿੰਗ ਟੂ ਦਾ ਕੁਐਸਚਨ। ਇਹੀ ਸੀ ਸਾਰਾ ਕੁਛ ਜੋ ਬੇਸਿਕ ਐਸੇ ਲਈ ਹੁੰਦਾ। ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇੰਸਟੀਟਿਊਟ ਆ ਸਕਦੇ ਹੋ ਜਦੋਂ ਵੀ, ਅਤੇ ਸਾਡੀਆਂ ਕਲਾਸਿਸ ਅਟੈਂਡ ਕਰਕੇ ਦੇਖ ਸਕਦੇ ਹੋ। ਡੈਫੀਨੇਟਲੀ ਮੈਂ ਕਹੂੰਗੀ ਕਿ ਜੇ ਤੁਸੀਂ ਪ੍ਰੈਕਟਿਸ ਕਰੋਗੇ ਜਾਂ ਤਾਂ ਫੋਰਮੈਟ ਫੋਲੋ ਕਰੋਗੇ ਤਾਂ ਤੁਸੀਂ ਆਪਣਾ ਜੋ ਤੁਹਾਡਾ ਰਿਕੁਆਇਰਡ ਬੈਂਡ ਸਕੋਰ ਹੈ ਜ਼ਰੂਰ ਅਚੀਵ ਕਰ ਸਕਦੇ ਹੋ। ਸੋ ਦੋਸਤੋ, ਇਹ ਸੀ ਮੈਮ ਹਰਪਿੰਦਰ ਕੌਰ, ਜਿਨ੍ਹਾਂ ਨੇ ਆਪਾਂ ਨੂੰ ਰਾਈਟਿੰਗ ਟਾਸਕ 2 ਬਾਰੇ ਦੱਸਿਆ, ਬਹੁਤ ਹੀ ਉਹਨਾਂ ਨੇ ਡਿਟੇਲ ਵਿੱਚ ਸਮਝਾਇਆ। ਸੋ ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਜੇ ਦੋਸਤੋ ਤੁਸੀਂ ਇਸੇ ਤਰ੍ਹਾਂ ਦੀਆਂ ਵੀਡੀਓ ਹਰ ਰੋਜ਼ ਵੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਅਤੇ ਜੇ ਤੁਹਾਨੂੰ ਵੀਡੀਓ ਵਾਕਈ ਵਧੀਆ ਲੱਗੀ ਆ ਤਾਂ 1 ਲਾਈਕ ਜ਼ਰੂਰ ਬਣਦਾ। ਸੋ ਦੋਸਤੋ, ਮਿਲਦੇ ਕਿਸੇ ਹੋਰ ਵੀਡੀਓ ਨਾਲ। ਮੈਮ, ਤੁਸੀਂ ਸਾਡੇ ਨਾਲ ਇੰਨੀ ਜ਼ਿਆਦਾ ਵਧੀਆ ਜਾਣਕਾਰੀ ਸਾਨੂੰ ਸਾਡੇ ਸਰੋਤਿਆਂ ਨੂੰ ਦਿੱਤੀ, ਅਸੀਂ ਬਹੁਤ ਧੰਨਵਾਦੀ ਹਾਂ। ਸੋ ਦੋਸਤੋ, ਮਿਲਦੇ ਕਿਸੇ ਹੋਰ ਵੀਡੀਓ ਨਾਲ, ਤੁਸੀਂ ਜਾਉਂਦੇ ਰਹੋ, ਵੱਸਦੇ ਰਹੋ। ਸਤਿ ਸ਼੍ਰੀ ਅਕਾਲ।